ਇਸ ਵੇਲੇ ਦੀ ਬਹੁਤ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਵਿਚਾਰ ਜ਼ਰੂਰ ਦੇ ਦਿਓ। ਇੱਕ ਫੌਜੀ ਦੀ ਘਰਵਾਲੀ ਨੇ ਆਪਣੇ ਆਸ਼ਕ ਨਾਲ ਮਿਲ ਕੇ ਛੁੱਟੀ ਕੱਟਣ ਆਏ ਫੌਜੀ ਨੂੰ ਜ਼ਹਿਰ ਦੇ ਦਿੱਤਾ, ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਾਹਾਕਾਰ ਮੱਚ ਗਈ ਤੇ ਰਿਸ਼ਤੇ ਵੀ ਤਾਰ ਤਾਰ ਹੋ ਗਏ, ਕਿਉਂਕਿ ਪਤੀ ਪਤਨੀ ਦੇ ਰਿਸ਼ਤੇ ਨੂੰ ਬਹੁਤ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਤੇ ਦੋਨੇ ਵਿਆਹ ਕਰਾਉਣ ਤੋਂ ਬਾਅਦ 7 ਜਨਮਾਂ ਦੇ ਸਾਥ ਨਿਭਾਉਣ ਦਾ ਵੀ ਵਾਅਦਾ ਕਰਦੇ ਨੇ। ਪਰ ਅੱਜ ਕੱਲ੍ਹ ਰਿਸ਼ਤੇ ਇਸ ਤਰੀਕੇ ਦੇ ਨਾਜ਼ੁਕ ਹੋ ਚੁੱਕੇ ਨੇ ਕਿ ਪਤਾ ਨਹੀਂ ਕਿਸਦਾ ਮਨ ਕਦੋਂ ਬਦਲ ਜਾਵੇ, ਕਦੋਂ ਉਹ ਦਗਾ ਦੇ ਸਕਦਾ ਹੈ। ਤਾਂ ਇਦਾਂ ਦਾ ਹੀ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਬਮਿਆਲ ਸੈਕਟਰ ਦੇ ਪੈਂਦੇ ਪਿੰਡ ਪਲਾਹ ਦਾ, ਜਿੱਥੇ ਕਿ ਇੱਕ ਫੌਜੀ BSF ਦਾ ਜਵਾਨ ਜਦੋਂ ਛੁੱਟੀ ਕੱਟਣ ਵਾਸਤੇ ਆਪਣੇ ਘਰ ਆਉਂਦਾ ਹੈ ਤਾਂ ਦੱਸਿਆ ਜਾ ਰਿਹਾ ਕਿ ਉਸਦੀ ਪਤਨੀ ਨੇ ਆਪਣੇ ਆਸ਼ਕ ਨਾਲ ਮਿਲ ਕੇ, ਜੋ ਕਿ ਪਿੰਡ ਦਾ ਹੀ ਨੌਜਵਾਨ ਸੀ, ਉਸਦੇ ਨਾਲ ਇਸ਼ਕ ਲੜਾਇਆ। ਉਸ ਨਾਲ ਮਿਲ ਕੇ ਉਸਨੇ ਆਪਣੇ ਹੀ ਘਰ ਵਾਲੇ ਨੂੰ ਜ਼ਹਿਰ ਦੇ ਦਿੱਤਾ, ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਉਸ ਫੌਜੀ ਜਵਾਨ ਨੂੰ ਪਠਾਨਕੋਟ ਦੇ ਹਸਪਤਾਲ ਦੇ ਦਾਖਲ ਕਰਵਾਇਆ ਗਿਆ। ਪਹਿਲਾਂ ਹਾਲਤ ਨਾਜ਼ੁਕ ਸੀ ਪਰ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪਰ ਅੱਜ ਕੱਲ੍ਹ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਰਿਸ਼ਤਿਆਂ ਨੂੰ ਤਾਰ ਤਾਰ ਕੀਤਾ ਜਾ ਰਿਹਾ ਹੈ। ਜਿਸ ਪਤੀ ਨੇ ਆਖਰ ਤੱਕ ਸਾਥ ਨਿਭਾਉਣਾ ਸੀ, ਬੁਢੇਪੇ ਦੇ ਵਿੱਚ ਤੱਕ ਸਾਥ ਨਿਭਾਉਣਾ ਸੀ, ਉਸੇ ਪਤਨੀ ਨੇ ਆਸ਼ਕ ਨਾਲ ਮਿਲ ਕੇ ਉਸੇ ਪਤਨੀ ਨੂੰ ਮੌਤ ਦੇ ਘਾਟ ਉਤਾਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਦੱਸਿਆ ਜਾ ਰਿਹਾ ਕਿ ਪਤਨੀ ਤਾਂ ਪੁਲਿਸ ਨੇ ਗ੍ਰਿਫਤਾਰ ਕਰ ਲਈ ਹੈ, ਪਰ ਦੂਜੇ ਪਾਸੇ ਜੋ ਨਵਾਂ ਨਵਾਂ ਆਸ਼ਕ ਪਿੰਡ ਦਾ ਨੌਜਵਾਨ ਬਣਿਆ ਸੀ ਉਹ ਅਜੇ ਫਰਾਰ ਦੱਸਿਆ ਜਾ ਰਿਹਾ ਹੈ। ਤਾਂ ਇਹੀ ਹਾਲ ਹੁੰਦਾ ਹੈ ਜਦੋਂ ਇਸ਼ਕ ਲੜ ਜਾਂਦਾ ਹੈ ਵਿਆਹ ਤੋਂ ਬਾਅਦ। ਤਾਂ ਹਮੇਸ਼ਾ ਕਦੇ ਵੀ ਇੱਦਾਂ ਦੇ ਰਿਸ਼ਤੇ ਨਹੀਂ ਬਣਾਉਣੇ ਚਾਹੀਦੇ, ਕਿਉਂਕਿ ਰਿਸ਼ਤਿਆਂ ਦੇ ਵਿੱਚ ਹਮੇਸ਼ਾ ਖਟਾਸ ਪੈਦਾ ਵੀ ਹੁੰਦੀ ਹੈ। ਦੂਜੇ ਪਾਸੇ ਜੋ ਇੱਦਾਂ ਦੇ ਆਸ਼ਕ ਬਣਦੇ ਨੇ ਉਹ ਕਦੇ ਵੀ ਆਖਰ ਤੱਕ ਸਾਥ ਨਹੀਂ ਨਿਭਾਉਂਦੇ। ਤੁਸੀਂ ਦੇਖੋ ਕਿ ਹੁਣ ਪਤਨੀ ਤਾਂ ਜੇਲ੍ਹ ਦੇ ਵਿੱਚ ਹੈ ਪਰ ਆਸ਼ਕ ਫਰਾਰ ਨਜ਼ਰ ਆ ਰਿਹਾ ਹੈ। ਭਾਵੇਂ ਕਿ ਬਾਹਰੋਂ ਬਾਹਰ ਆਪਣੀ ਜ਼ਮਾਨਤ ਵੀ ਕਰਾ ਸਕਦਾ ਪਰ ਪਤਨੀ ਤਾਂ ਹੁਣ ਜੇਲ੍ਹ ਕੱਟਣ ਦੀ ਤਿਆਰੀ ਦੇ ਵਿੱਚ ਹੈ, ਜਿਸ ਨੂੰ ਲੈ ਕੇ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਉਸਦੇ ਆਸ਼ਕ ਨੂੰ ਫੜਨ ਦੇ ਵਿੱਚ ਕੀਤੀ ਜਾ ਰਹੀ ਹੈ। ਤਾਂ ਇਸ ਨੂੰ ਲੈ ਕੇ BSF ਦੇ ਜਵਾਨ ਜੋ ਕਿ ਫੌਜੀ ਘਰ ਦੇ ਵਿੱਚ ਛੁੱਟੀ ਕੱਟਣ ਆਇਆ ਹੋਇਆ ਸੀ, ਉਸਦੀ ਮਾਂ ਨੇ ਤੇ ਪੁਲਿਸ ਨੇ ਇਸ ਪੂਰੇ ਮਾਮਲੇ ਬਾਰੇ ਕੀ ਕਿਹਾ, ਪਰ ਤੁਸੀਂ ਉਹ ਵੀ ਸੁਣੋ ਤੇ ਆਪਣੇ ਵਿਚਾਰ ਜ਼ਰੂਰ ਦੇ ਦਿਓ। ਆਪਣਾ ਬਚਨੋ ਦੇਵੀ ਕਿਹੜਾ ਪਿੰਡ ਮਾਤਾ ਪਲਾਹ ਜੀ, ਮਾਤਾ ਕੀ ਗੱਲਬਾਤ ਹੋਈ ਹੈ ਮੁੰਡੇ ਨਾਲ? ਗੱਲਬਾਤ ਕੀ ਹੋਈ ਹੈ, ਮੁੰਡਾ ਮੇਰਾ ਬਾਹਰ ਸਰਵਿਸ ਕਰਦਾ ਹਾਂ ਇਹਦੇ 'ਚ BSF 'ਚ, ਅਤੇ ਉਹਦੇ ਘਰ ਦੀ ਵਿਆਹੀ ਗਈ, ਜਿਹੜਾ ਸ਼ਾਦੀ ਹੋਈ ਗਈ, ਅਤੇ ਉਹਦੀ ਜਿਹੜੀ ਘਰ ਦੀ ਸੀ ਨਾ ਉਹ ਕੁਛ ਲੜਦੀ ਰਹੀ ਉਹਦੇ ਨਾਲ, ਪਿਆਰ ਨਹੀਂ ਕਰਦੀ ਰਹੀ, ਅਤੇ ਜਦੋਂ ਉਹ ਬੜਾ ਕਰਦਾ ਸੀ, ਜਦੋਂ ਫਿਰ ਉਹ ਅਸੀਂ ਕੁਛ ਉਹ ਗਲਤ ਰਸਤੇ 'ਚ ਚੱਲ ਪਈ ਅਤੇ ਮੇਰੇ ਮੁੰਡੇ ਗਈ, ਥੋੜ੍ਹਾ ਪਿੰਡ ਦਾ ਮੁੰਡਾ ਸੀ ਅਤੇ ਉਹਦੇ ਨਾਲ ਚੱਕਰੀ ਸੀ ਉਹਦਾ, ਅਤੇ ਮੇਰੇ ਪੁੱਤਰ ਗਈ, ਪਤਾ ਨਹੀਂ ਕੀ ਗੱਲ ਹੋਈ ਇਹਦੀ, ਅੰਦਰ ਕਿਰਚੋ ਕਿਰਚੀ ਲੱਗੀ ਰਸੋਈ 'ਚ ਗਈ ਹੈ। ਉਹਨੂੰ ਮੈਂ ਕਿਹਾ ਮਾਂ ਤੁਸੀਂ ਲੜੋ ਨਹੀਂ, ਤੁਸੀਂ ਬਾਹਰ ਜਾਓ, ਤੁਹਾਡਾ ਡੈਡ ਨੇ ਪਾਣੀ ਲਾਇਆ, ਬਾਹਰ ਜਾਓ ਤੁਸੀਂ ਅਤੇ ਜਾਓ ਤੁਸੀਂ ਨਿਕਲ ਜਾਓ ਇੱਥੋਂ ਦਾ, ਤੁਸੀਂ ਖਿੰਜੋ ਨਹੀਂ ਮਾਂ। ਉਹ ਬਾਹਰ ਚੱਲ ਗਿਆ, ਫਿਰ ਉਹ ਥੋੜ੍ਹੇ ਟਾਈਮ ਬਾਅਦ ਕੋਈ ਆ ਗਿਆ ਅਤੇ ਆਏ ਅਤੇ ਆਈਏ ਅਤੇ ਫਿਰ ਉਹ ਇਹਨੇ ਰੋਟੀ ਪਾਈ ਦਿੱਤੀ ਸੀ, ਰੋਟੀ ਪਾਈ ਤੀ ਅਤੇ ਰੋਟੀ ਪਾਈ ਹੈ ਅਤੇ ਵਿੱਚ ਪਤਾ ਨਹੀਂ ਇਹਨੇ ਕੀ ਪਾਈ ਤਾ ਹੈ, ਅਤੇ ਰੋਟੀ ਪਾਈ ਹੈ ਜਿਹੇ ਲੈ ਅਸੀਂ ਦਿੱਤੀ ਹੈ, ਅਤੇ ਥੋੜ੍ਹੇ ਟਾਈਮ ਬਾਅਦ ਉਹ ਬਿਮਾਰ ਹੋ ਗਿਆ ਅਤੇ ਇਹ ਨਠੀ ਹੈ, ਇਹ ਨਠੀ ਹੈ ਅਤੇ ਬੱਚਾ ਮੇਰਾ ਲੇਟ ਹੋ ਗਿਆ
ਸਾਡੇ ਬੱਚਾ ਮੇਰਾ ਮੇਰਾ ਬੱਚਾ ਬਚ ਗਿਆ, ਮੇਰਾ ਸਭ ਕੁਛ ਠੀਕ ਠਾਕ। ਜ਼ਹਿਰੀਲੀ ਵੀ ਹਾਂ, ਜ਼ਹਿਰੀਲੀ ਪਾਈ ਦਿੱਤੀ, ਜਿਹੜਾ ਮੇਰਾ ਬੱਚਾ ਸੱਲੇ ਲੇਟੇਰ ਹੋ ਗਿਆ, ਇਹ ਉਹਨੂੰ ਖਿਲਾ ਕੇ ਖਾਣਾ ਫਟੋਫਟ ਦੌੜ ਗਈ ਭੱਜ ਗਈ ਬਾਹਰ ਨੂੰ। ਉਸ ਤੋਂ ਬਾਅਦ ਮਾਤਾ ਫਿਰ ਕੋਈ ਕੰਪਲੇਂਟ ਵੀ ਦਿੱਤੀ ਹੈ ਥਾਣੇ? ਹਾਂ ਲਈਏ। ਕੀ ਮੰਗ ਕਰਦੇ ਹੋ ਤੁਸੀਂ? ਅਸ ਮੰਗ ਇਹ ਕਰਨੇ ਆ ਕਿ ਸਾਨੂੰ ਇਨਸਾਫ ਚਾਹੀਦਾ, ਜੋ ਵੀ ਮੁੰਡਾ ਜਿਹੜਾ ਸੀਗਾ ਉਸੀ ਪੂਰੀ ਸਜ਼ਾ ਹੋਣੀ ਚਾਹੀਦੀ ਹੈ, ਜਿਹਨੇ ਮੇਰੇ ਬੱਚੇ ਕਨੇ ਇੰਨਾ ਵੱਡਾ ਧੋਖਾ ਕੀਤਾ, ਮੇਰੇ ਘਰ ਦੀ ਬਰਬਾਦੀ ਕੀਤੀ। ਕਿੰਨੇ ਬੱਚੇ ਨੇ ਮਾਤਾ? ਬੇਟੇ ਦੇ ਇੱਕ ਬੇਟੀ ਇੱਕ ਬੱਚਾ, ਇੱਕ ਕਾਕਾ ਇੱਕ ਗੁੜੀਆ ਹੈ, ਇੱਕ ਲੜਕਾ ਹੈ। ਕਿੰਨੇ ਸਾਲ ਦੇ ਹੈ? ਲੜਕਾ ਹੁਣ 7ਵਾਂ ਸਾਲ ਚੜ੍ਹਿਆ ਸੀ। ਅਤੇ ਪਿੰਡ ਪਲਾ ਦਾ ਅਸ਼ਵਨੀ ਕੁਮਾਰ ਜੋ BSF 'ਚ ਨੌਕਰੀ ਕਰਦਾ, ਉਹਦਾ ਇਤਲਾ ਮਿਲੀ ਵੀ ਉਹਦੀ ਪਤਨੀ ਨੇ ਉਹਦੇ ਪਿੰਡ ਦਾ ਕੋਈ ਉਹਦੇ ਨਾਲ ਰਿਲੇਸ਼ਨ ਉਹਦੇ ਨਾਲ ਮਿਲ ਕੇ ਅਤੇ ਕੋਈ ਜ਼ਹਿਰੀਲੀ ਦਵਾਈ ਦੇ ਦਿੱਤੀ ਹੈ ਖਾਣੇ 'ਚ ਮਰਾ ਕੇ। ਉਹਦੇ ਬਿਆਨਾਂ 'ਤੇ ਅਸੀਂ ਮੁਕੱਦਮਾ ਨੰਬਰ 40 ਮਿਤੀ 8/7/24 ਬਣਦੀਆਂ ਧਰਾਵਾਂ ਤਹਿਤ ਅਸੀਂ ਦਰਜ ਕਰ ਲਿਆ, ਜਿਹਦੇ ਵਿੱਚ ਇਹਦੀ ਪਤਨੀ ਹੈ ਜਿਹੜੀ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਮੁਕੱਦਮੇ 'ਚ, ਅਤੇ ਜਿਹੜਾ ਦੋਸ਼ੀ ਹੈ ਉਹਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਅਸ਼ਮਨੀ ਠੀਕ ਆ? ਤੂੰ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਮਾਂ ਨੇ ਵੀ ਗੱਲ ਆਖੀ ਹੈ ਕਿ ਜਿਹੜੇ ਚਾਲ ਚੱਲਣ ਸਾਡੀ ਨੂੰਹ ਤੇ ਠੀਕ ਨਹੀਂ ਸੀ, ਜਿਸ ਤੋਂ ਬਾਅਦ ਸਾਡੇ ਪੁੱਤ ਨੂੰ ਅੱਜ ਉਸਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਭਾਵੇਂ ਗ੍ਰਿਫਤਾਰ ਕਰ ਲਿਆ ਹੈ, ਪਰ ਜਿਸ ਤਰੀਕੇ ਨਾਲ ਰਿਸ਼ਤੇ ਤਾਰ ਤਾਰ ਹੋਏ ਨੇ ਤਾਂ ਅੱਜ ਕੱਲ੍ਹ ਰਿਸ਼ਤਿਆਂ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਤਾਂ ਇਸ ਨੂੰ ਲੈ ਕੇ ਪੁਲਿਸ ਵੱਲੋਂ ਵੀ ਬਿਆਨ ਦਿੱਤਾ ਗਿਆ ਹੈ ਕਿ ਜਿਹੜੀ ਉਸਦੀ ਫੌਜੀ ਦੀ ਧਰਮ ਪਤਨੀ ਸੀ ਉਸਨੂੰ ਗ੍ਰਿਫਤਾਰ ਕਰ ਲਿਆ, ਅਤੇ ਦੂਜੇ ਪਾਸੇ ਜੋ ਆਸ਼ਕ ਸੀ ਪਿੰਡ ਦਾ ਹੀ ਨੌਜਵਾਨ ਉਸ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਟੀਮਾਂ ਲੱਗੀਆਂ ਹੋਈਆਂ ਨੇ, ਅਤੇ ਜਲਦੀ ਉਸਦੀ ਗ੍ਰਿਫਤਾਰੀ ਪਾ ਕੇ ਉਸਨੂੰ ਵੀ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਕਮੈਂਟ ਜ਼ਰੂਰ ਕਰ ਦਿਓ, ਜਿਹਦੇ ਨਾਲ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇਸ ਤਰੀਕੇ ਦੀ ਘਟਨਾ ਨਾ ਕਰ ਸਕੇ।